मैं हूं आम आदमी। ब्रेक तो बाद स्वागत है जी। ए आवाज आई सी कि जब आम आदमी पार्टी दी फॉर्मेशन हुई सी कि ता मैनू चाहिदा है स्वराज। ए भी गल असी वेखी सी और सुनन नु सानू मिली सी कि लेकिन अज किथे है? अज की वो जज्बात, वो उना दे ज़हन दे विच चल रही गल्लां नज़र भी आउंदियां है कि अलोप हो गई हैं? जानने की कोशिश करांगे। मेरे नाल स्टूडियो दे विच मौजूद हैं नवीन शर्मा। सब तो पहला मैं ओपनिंग कमेंट नवीन जी थोड़ा जानना चाहवांगा। आम आदमी पार्टी ईसी ने भी नोटिस देता है 20 दिन अपनी रिपोर्ट करनी है, जेकर रिपोर्ट नहीं दे पाते तो शायद आम आदमी पार्टी का जोड़ा इंटरनेशनल पद्धर से जोड़ा हूँ नाम भी बनया होया है, नैशनल पद्धर से जोड़ा नाम बनया होया वो भी कितने ना कितने समाप्त हो सकता। ਅਖੀਰ ਦੇਖੋ ਐਵੇਂ ਕਿ ਆਮ ਆਦਮੀ ਪਾਰਟੀ ਦੇ ਉੱਤੇ ਇਹ ਕਹਿ ਸਕਦੇ ਇੱਕ ਤੋਂ ਬਾਅਦ ਇੱਕ ਕੁਛ ਨਾ ਕੁਛ ਕ੍ਰਾਈਸਿਸ ਉਹਨਾਂ ਨੂੰ ਚੱਲਦੇ ਰਹਿੰਦੇ ਅਤੇ ਇੱਕ ਨਵਾਂ ਸੰਕਟ ਕਹਿ ਲਓ ਜਾਂ ਨਵੀਂ ਇੱਕ ਪਰੇਸ਼ਾਨੀ ਉਹਨਾਂ ਵਾਸਤੇ ਆ ਗਈ। ਇਲੈਕਸ਼ਨ ਕਮਿਸ਼ਨ ਨੇ ਇਹ ਨੋਟਿਸ ਭੇਜਿਆ। ਇਲੈਕਸ਼ਨ ਕਮਿਸ਼ਨ ਨੂੰ ਇਹ ਲੱਗਿਆ ਕਿ ਜੋ ਇਹਨਾਂ ਨੇ ਆਪਣੀ ਰਿਟਰਨ ਦਿਖਾਈ ਸੀਗੀ ਜਾਂ ਜੋ ਵੀ ਅਕਾਊਂਟਸ ਦਿਖਾਏ ਸੀ ਇਲੈਕਸ਼ਨ ਦੇ ਟਾਈਮ 'ਤੇ, ਉਹਨਾਂ ਦੇ ਵਿੱਚ ਕਾਫੀ ਡਿਸਕ੍ਰਿਪੈਂਸੀਜ਼ ਪਈਆਂ ਗਈਆਂ, ਕਾਫੀ ਰੱਦੋ ਬਦਲ, ਕਾਫੀ ਫੇਰ ਬਦਲ ਪਾਇਆ ਗਿਆ। ਜਿਹੜੇ ਅੰਕੜੇ ਦਿੱਤੇ ਗਏ ਔਰ ਜਿਹੜੇ ਐਕਚੁਅਲ 'ਚ ਸੀਗੇ ਉਹਨਾਂ 'ਚ ਉਹ ਮੈਚ ਨਹੀਂ ਕੀਤੇ। ਅਤੇ ਉਹਨਾਂ ਨੇ ਹੁਣ ਇਹ ਕਿਹਾ ਕਿ ਜੋ ਤੁਹਾਡੇ ਓਵਰਆਲ ਅਕਾਊਂਟਸ ਨੇ ਜਾਂ ਤੁਹਾਡੀ ਜੋ ਵੀ ਤੁਹਾਨੂੰ ਡੋਨੇਸ਼ਨਸ ਆਈਆਂ ਜਾਂ ਓਵਰਸੀਜ਼ ਤੋਂ ਜੋ ਤੁਹਾਨੂੰ ਫੰਡਸ ਮਿਲੇ ਉਹਨਾਂ ਦੀ ਐਗਜੈਕਟ ਸਾਨੂੰ ਜਾਣਕਾਰੀ ਦਿਓ। ਵੀ ਆਰ ਫਾਈਂਡਿੰਗ ਸਮ ਡਿਸਕ੍ਰਿਪੈਂਸਿਸ। ਇੱਕ ਤਰ੍ਹਾਂ ਤਾਂ ਉਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਜੋ ਇਹਨਾਂ ਦਾ ਦਾਅਵਾ ਕਰਦੇ ਇਮਾਨਦਾਰੀ ਦਾ, ਟਰਾਂਸਪੇਰੈਂਸੀ ਦਾ, ਇਹਦਾ ਇਹਦਾ ਸਿੱਧਾ ਚੈਲੇਂਜ ਹੈ। ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਸਿੱਧਾ ਸਿੱਧਾ ਚੈਲੇਂਜ ਕਰਕੇ ਕਿਹਾ ਕਿ ਤੁਹਾਡੇ ਅਕਾਊਂਟਸ ਦੇ ਵਿੱਚ ਗੜਬੜ ਹੈ, 20 ਦਿਨ ਦੇ ਵਿੱਚ ਤੁਹਾਡਾ ਕੋਈ ਰਿਪ੍ਰੈਜੈਂਟੇਟਿਵ ਆ ਕੇ ਸਾਨੂੰ ਪੂਰਾ ਕਲੈਰੀਫਿਕੇਸ਼ਨ ਦੇ, ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਪਾਰਟੀ ਦੇ ਖਿਲਾਫ ਕਾਰਵਾਈ ਕਰ ਸਕਦੇ ਹਾਂ, ਉਹਨੂੰ ਭੁਗਤਣ ਲਈ ਤਿਆਰ ਰਹੋ। ਹੁਣ ਕੀ ਹੋਇਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹਮੇਸ਼ਾ ਕਰਦੀ ਹੈ, ਉਹਨਾਂ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਨੋਟਿਸ ਮਿਲਿਆ। ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਕਹਿੰਦੇ ਨੇ ਕਿ ਜੀ ਇਹ ਵੈਂਡੇਟਾ ਪੋਲੀਟਿਕਸ ਹੈ। ਉਹ ਕਹਿੰਦੇ ਜੀ ਕਿ ਸਾਨੂੰ ਮੋਦੀ ਸਰਕਾਰ ਘੇਰਨਾ ਚਾਹੁੰਦੀ ਹੈ, ਸਾਡੇ ਤੇ ਖਿਲਾਫ ਕੁਛ ਨਾ ਕੁਛ ਨਵੇਂ ਨਵੇਂ ਕੋਈ ਨਾ ਕੋਈ ਨਵੀਂ ਕਾਰਡ ਕੱਢਦੇ ਸਾਡੇ ਖਿਲਾਫ, ਅਤੇ ਹੁਣ ਇੱਕ ਨਵਾਂ ਤਰੀਕਾ ਲੱਭ ਲਿਆ ਸਾਨੂੰ ਪਰੇਸ਼ਾਨ ਕਰਨ ਦਾ। ਲੇਕਿਨ ਸਵਾਲ ਇਹ ਉੱਠਦਾ, ਦੇਖੋ ਆਮ ਆਦਮੀ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹ ਵੀ ਦੁੱਧ ਕੇ ਧੁਲੇ ਨਹੀਂ ਹੈਗੇ, ਬਿਲਕੁਲ ਦੁੱਧ ਦੇ ਧੁਲੇ ਨਹੀਂ ਹੈਗੇ ਉਹ। ਸਵਾਲ ਇਹ ਹੁੰਦਾ, ਮੈਂ ਨਹੀਂ ਕਹਿੰਦਾ ਕੀ ਕੀ ਗੜਬੜ ਆ, ਉਹ ਤੇ ਲੈਟ ਦਮ ਫਾਈਂਡ ਆਊਟ ਦਿਸ, ਬਟ ਇੱਕ ਚੀਜ਼ ਹੈਗੀ ਹੈ ਕਿ ਜਿਹੜੀਆਂ ਤਖਤੀਆਂ ਲੈ ਲੈ ਕੇ ਸੜਕਾਂ 'ਤੇ ਉਤਰੇ ਸੀ, ਜਿਹੜੇ ਜਿਹੜੇ ਨਾਅਰੇ ਲੈ ਕੇ ਸੜਕਾਂ 'ਤੇ ਉਤਰੇ ਸੀ, ਅੰਨਾ ਹਜ਼ਾਰੇ ਦੇ ਨਾਲ ਜੋ ਜੋ ਵਾਅਦੇ ਇਹਨਾਂ ਨੇ ਕੀਤੇ, ਜੋ ਦਾਅਵੇ ਕੀਤੇ ਕਿ ਅਸੀਂ ਪੂਰੀ ਭਾਰਤ ਦੀ ਰਾਜਨੀਤੀ ਨੂੰ ਚੇਂਜ ਕਰ ਦਾਂਗੇ, ਇਹਨੂੰ ਰਿਫਾਈਂਡ ਕਰ ਦਾਂਗੇ, ਅਸੀਂ ਪਾਰਦਰਸ਼ਿਤਾ ਲਿਆਵਾਂਗੇ, ਟਰਾਂਸਪੇਰੈਂਸੀ ਲਿਆਵਾਂਗੇ, ਸਾਡੇ ਕੋਲ ਪਾਰਟੀ ਦੇ ਵਿੱਚ ਅਗਰ 5 ਰੁਪਏ ਵੀ ਆਣਗੇ, 50 ਪੈਸੇ ਵੀ ਆਣਗੇ, ਤਾਂ ਅਸੀਂ ਉਹਦੀ ਵੀ ਜਾਣਕਾਰੀ ਵੈਬਸਾਈਟ 'ਤੇ ਪਾਵਾਂਗੇ, 1 ਰੁਪਏ ਦਾ ਇੱਥੇ ਤੋਂ ਉੱਥੇ ਹੇਰ ਫੇਰ ਨਹੀਂ ਹੋਏਗਾ। ਇਹਨਾਂ ਨੇ ਜੋ ਵੱਡੇ ਵੱਡੇ ਦਾਅਵੇ ਕੀਤੇ ਸੀ ਉਹ ਤੁਹਾਨੂੰ ਪਤਾ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਕਿੱਦਾਂ ਖਾਲੀ ਹੁੰਦੇ ਚਲੇ ਗਏ। ਅਤੇ ਇਸ ਤੋਂ ਬਾਅਦ ਕੀ ਹੋਈ, ਜਿਹੜੀ ਪਾਰਟੀ ਜਿਸ ਹੋਂਦ ਦਾਅਵੇ ਨੂੰ ਲੈ ਕੇ ਆਈ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਉਹ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਦਾ ਦਾ। ਅਤੇ ਹੁਣ ਇਹਨਾਂ ਦੀ ਹੋਂਦ ਉੱਤੇ ਇਹਨਾਂ ਉੱਤੇ ਸਵਾਲ ਪੈਦਾ ਹੋ ਗਿਆ ਹੁਣ, ਔਰ ਇਹ ਹੁਣ ਐਸਿਡ ਟੈਸਟ ਹੈ ਕਹਿ ਲਓ ਇੱਕ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਵਾਸਤੇ ਕਿ ਉਹ ਹੁਣ ਆਪਣੇ ਆਪ ਨੂੰ ਕਿੱਦਾਂ ਆਪਣੇ ਆਪ ਨੂੰ ਕਲੀਨ ਇਮੇਜ ਕਰਕੇ ਕਲੀਨ ਨਿਕਲਦੇ ਨੇ। ਨਹੀਂ ਤਾਂ ਅਗਰ ਈਸੀ ਨੇ, ਇਲੈਕਸ਼ਨ ਕਮਿਸ਼ਨ ਨੇ ਫਿਰ ਕਿਸੇ ਚੀਜ਼ 'ਚ ਘੇਰ ਲਿਆ ਤਾਂ ਫਿਰ ਇਹਨਾਂ ਦੇ ਕੋਲ ਰੋਣਾ ਹੁੰਦਾ ਹੈ, ਆਪਣੀ ਸਫਾਈ ਇਹ ਹੁੰਦੀ ਹੈ ਕਿ ਜੀ ਸਾਡੇ ਨੂੰ ਸਾਨੂੰ ਸ਼ਿਕਾਰ ਬਣਾਇਆ ਜਾ ਰਿਹਾ, ਸਾਡੇ 'ਤੇ ਨਿਸ਼ਾਨਾ ਸੱਧਿਆ ਜਾ ਰਿਹਾ, ਮੋਦੀ ਸਰਕਾਰ ਜਿਹੜੀ ਵੰਡੇਟਾ ਪੋਲੀਟਿਕਸ ਕਰ ਰਹੀ ਹੈ, ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਅਤੇ ਉਹ ਚੀਜ਼ਾਂ ਚੀਜ਼ ਹੈ ਕਿਉਂਕਿ ਇਹਨਾਂ ਦੇ ਅਕਾਊਂਟਸ ਨੂੰ ਲੈ ਕੇ, ਇਹਨਾਂ ਦੀ ਜਿਹੜੀ ਫੰਡਸ ਤੋਂ ਓਵਰਸੀਜ਼ ਤੋਂ ਜਿਹੜੇ ਫੰਡਸ ਆਏ ਸੀਗੇ ਉਹਨਾਂ ਨੂੰ ਲੈ ਕੇ ਸ਼ੁਰੂ ਤੋਂ ਹੀ ਸਵਾਲ ਉੱਠਦੇ ਰਹੇ ਹੈ। ਇਹ ਤਾਂ ਹੁਣ ਜਿਹੜੇ ਸਾਡੇ ਓਵਰਸੀਜ਼ 'ਚ ਭਰਾ ਬੈਠੇ ਨੇ, ਜਿਹੜੇ ਲੋਕ ਪੰਜਾਬ ਦੇ ਨੇ, ਹਿੰਦੁਸਤਾਨ ਦੇ ਨੇ, ਜਿਹੜੇ NRIs ਨੇ, ਜਹਾਜ਼ ਭਰ ਭਰ ਕੇ ਜਾ ਕੇ ਉੱਥੇ ਇਹਨਾਂ ਲਈ ਪ੍ਰਚਾਰ ਕੀਤਾ, ਇਹਨਾਂ ਲਈ ਸਾਰੀ ਇੰਟੈਂਸ਼ਨਸ ਕੀਤੀਆਂ, ਉਹ ਹੁਣ ਉਲਟਾ ਸਵਾਲ ਪੁੱਛਣ ਕਿ ਅਸੀਂ ਜਿਹੜੇ ਪੈਸੇ ਦਿੱਤੇ ਸੀ ਉਹਦਾ ਅਕਾਊਂਟ ਕੀ ਹੈ, ਉਹਦਾ ਹਿਸਾਬ ਕੀ ਹੈ, ਉਹਦਾ ਹਿਸਾਬ ਕੀ ਹੈ, ਉਹਦਾ ਹਿਸਾਬ, ਉਹਦਾ ਵੀ ਹਿਸਾਬ ਕੋਈ ਸਾਨੂੰ ਦੱਸ ਦਿਓ। ਇਹਨਾਂ ਨਾਲ ਕਾਲਰ ਜੁੜ ਚੁੱਕੇ ਹਨ, ਉਹਨਾਂ ਦੇ ਵੀ ਅਸੀਂ ਵਿਚਾਰ ਸਮਝ ਲੈਂਦੇ ਹਾਂ ਕਿ ਕੁਝ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹਰਕੀਰਤ ਸਿੰਘ, ਤੁਹਾਨੂੰ ਆਪਣੇ ਹਰਕੀਰਤ ਸਿੰਘ ਜੀ ਤੁਹਾਨੂੰ ਤੇ ਸ਼ਰਮਾ ਜੀ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੇਵ ਸਿੰਘ ਭੋਗਲ ਜੀ, ਠੀਕ ਹੋ? ਜੀ ਚੜ੍ਹਦੀ ਕਲਾ ਦੋਵਾਂ ਨੇ ਤੁਹਾਡੀਆਂ, ਤੁਸੀਂ ਸੁਣਾਓ ਕਿਵੇਂ ਹੋ? ਇੱਕਦਮ ਵਧੀਆ, ਤੁਹਾਡੀ ਆਵਾਜ਼ ਸੁਣ ਕੇ ਹੋਰ ਵੀ ਵਧੀਆ ਹੋ ਜਾਂਦਾ। ਕੀ ਆਵਾਜ਼ ਹੈ, ਤੁਹਾਡਾ ਵਡੱਪਣ ਆ ਭਾਈ, ਤੁਹਾਡਾ ਵਡੱਪਣ ਆ। ਤੇ ਮੈਂ ਹਰਕੀਰਤ ਸਿੰਘ, ਮੈਂ ਜਿਹੜੀ ਅੱਜ ਕੇਜਰੀਵਾਲ ਦੀ ਗੱਲ ਸ਼ੁਰੂ ਕੀਤੀ ਆ ਨਾ ਝਾੜੂ ਤੋਂ, ਜੀ 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 ਝਾੜੀ ਨੇ ਸ਼ੁਰੂ ਕੀਤੀ ਹੈ, ਤੇ ਤੁਸੀਂ ਵੀ ਕਾਫੀ ਕੁਛ ਕਹਿ ਦਿੱਤਾ, ਤੇ ਮੈਂ ਸ਼ਰਮਾ ਸਾਹਿਬ ਤੇ ਇਹਨੇ ਵੀ ਬੜਾ ਕੁਛ ਕਲੀਅਰ ਕਰ ਦਿੱਤਾ, ਕਹਿਣ ਨੂੰ ਕੁਛ ਬਹੁਤਾ ਰਿਹਾ ਨਹੀਂ ਹੁਣ, ਤੇ ਜੋ ਕੁਛ ਹੋ ਰਿਹਾ ਸਾਰਿਆਂ ਸਾਹਮਣੇ ਤੁਸੀਂ ਦੋਨਾਂ ਨੇ ਰੱਖ ਦਿੱਤਾ, ਵੈਸੇ ਹੀ ਲੋਕਾਂ ਨੂੰ ਸਾਰਾ ਕੁਛ ਪਤਾ ਚੱਲ ਗਿਆ। ਮੈਂ ਇਸ ਕਰਕੇ ਤੁਹਾਨੂੰ ਕਾਲ ਕੀਤੀ ਆ ਇਸ ਵਿਸ਼ੇ ਤੇ, ਕਿ ਜਦੋਂ ਜਦੋਂ ਪਹਿਲਾਂ ਤਾਂ ਝਾੜੂ ਇਹ ਸ਼ੁਰੂ ਹੋਇਆ ਨਾ, ਇਹਨਾਂ ਦਾ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਸੀ ਝਾੜੂ, ਤੇ
मैं भी जो इना देखो उ दिल्ली के 17 चो 67 सीटा लैके जीते से ते फिर पंजाब में 4 MLA इन्होंने खड़े इन्होंने प्राप्त हो है ना जी, जी, जी. इन्होंने काफी बहुत दुनिया के वाहवा हो गई थी उस वेले देखो मैं एक कवि होने से कवि की कल्पना होंगी हमेशा जेडे जे स्कालर हो जिद शर्मा साहब ने तुम स्कालर जे होंगे ने इतिहासकार होंगे ने तथा के आधार से बोलते हैं ज लिखते हैं जेडे कवि होंगे कल्पना बहुत होंगी है उदो मैं सिर्फ इस करके मैं फोन किया कि जो मैं देखा भी ये यार हद हो गई यदा कमाल करी जाते हैं भी वाकई हिंदुस्तान का या पंजाब का हुलिया बदल के रख देंगे तो मैं उस वेले 6 लाइना सिर्फ लिखिया सी झाड़ू से भी दुनिया च कोई दुनिया से झाड़ू तो कोई नहीं डरिया जिन्हें अज डर रहे लोग मैं 6 लाइना लिखिया सिर्फ मैं अद्धा 30 सेकेंड मसे लगने ने मैं उदो मैं भी उदो इमोशनल हो गया जिदा मैं क्या कवि की कल्पना होंगी है तो मैं उस वे लिखिया सन वो इस तरह से लोग झाड़ू नू भावे नगूनी शै समझ शर्मा जी सुन रहे हो ना सुन रहे जी लोकी झाड़ू नू भावे नगूनी शै समझण फिर भी उन्हां लई करे सफाई झाड़ू ओए ओड़क सच नू ही सच पऊ कहना मचा छड़ी अज हाल दुहाई झाड़ू बई झाड़ू कोलों इन्ना कदे ना कोई डरिया झाड़ू कोलों इन्ना कदे ना कोई डरिया जिन्हें अंदरों अंदरी अज डराए झाड़ू वे केजरीवाल भलवान दा भला होवे जिन्हें भलिया हाथ फड़ाए झाड़ू बई सियासी दलां दे सोने चोन निशान हुंदे सियासी दलां दे सोने चोन निशान हुंदे कदे फड़िया ना हाथ च किसे झाड़ू वे गंदगी साफ कर ले झाड़ू कम आवे ताइयो केजरीवाल हाथ भोगल दिसे झाड़ू यारो गंदगी साफ कर ले झाड़ू कम आवे ताइयो केजरीवाल हाथ भोगल दिसे झाड़ू बई ताइयो केजरीवाल हाथ भोगल दिसे झाड़ू पर अज झाड़ू का तीला तीला हो चुका मैं ये तां तुहानू अज कॉल कीती सी भोगल जी भोगल जी एक गल जरूर दस्यो ਤੁਸੀਂ ਵੀ ਸਵੇਰੇ ਸ਼ਾਮ ਖਬਰਾਂ ਵੇਖਦੇ ਹੋਗੇ ਤੁਸੀਂ ਵੀ ਤੁਹਾਡੇ ਵੀ ਰਿਸ਼ਤੇਦਾਰ ਰਹਿੰਦੇ ਹੋਣਗੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਜੀ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋਏਗੇ ਤਾਂ ਉਹਨਾਂ ਨੂੰ ਵੀ ਇੱਕ ਭਵਿੱਖ ਦਿਖਿਆ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਤੁਸੀਂ ਗੱਲ ਉਹਨਾਂ ਦੇ ਨਾਲ ਕਰਦੇ ਹੋ ਤਾਂ ਜ਼ਮੀਨੀ ਪੱਧਰ ਤੇ ਉਹ ਕੀ ਦੱਸਦੇ ਹਨ ਤੁਹਾਨੂੰ ਉਹ ਇਦਾਂ ਦੇਖੋ ਕਿਉਂਕਿ ਇਹਨਾਂ ਦੇ ਵਿੱਚ ਆਪਸ ਵਿੱਚ ਹੀ ਫੁੱਟ ਪੈ ਗਈ ਜਿੱਥੇ ਫੁੱਟ ਪੈ ਜਾਏ ਨਾ ਉਹ ਚਾਹੇ ਉਹ ਚਾਹੇ ਹਰਕੀਰ ਜੀ ਜਿੱਥੇ ਫੁੱਟ 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 ਬਹਿ ਜਾਏ ਨਾ ਜਾ ਕੇ ਫੁੱਟ ਉਹ ਚਾਹੇ ਪਰਿਵਾਰ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਕੋਈ ਸਭਾ ਸੁਸਾਇਟੀ ਹੋਵੇ ਉਹਦਾ ਕੱਖ ਨਹੀਂ ਰਹਿਣ ਦਿੰਦੀ ਇਹ ਫੁੱਟ ਫੁੱਟ ਐਸੀ ਚੀਜ਼ ਵਾ ਉਹ ਵੀ ਇੱਦਾਂ ਕਹਿੰਦੇ ਨੇ ਵੀ ਸਾਤੋਂ ਯਾਰ ਕੋਈ ਮਾਸੜ ਜੀ ਕਹਿੰਦਾ ਮੈਂ ਜਿਹੜੇ ਰਿਸ਼ਤੇ ਤੁਸੀਂ ਕਿਹਾ ਨਾ ਰਿਸ਼ਤੇਦਾਰੀ ਸਾਡੀ ਇੱਦਾਂ ਉਹ ਕਹਿੰਦੇ ਨੇ ਇੱਕ ਨੇ ਮੈਨੂੰ ਕਿਹਾ ਮੇਰੇ ਸਾਡੇ ਲੜਕੇ ਨੇ ਕਹਿੰਦਾ ਮਾਸੜ ਜੀ ਵੀ ਜਿੱਦਾਂ ਦੀ ਸਾਡੇ ਕੋਲ ਸਾਨੂੰ ਇਹਨਾਂ ਕੋਲ ਆਸਾਂ ਸੀਆਂ ਨੇ ਉਹ ਆਸਾਂ ਦੇ ਪਾਣੀ ਫਿਰ ਗਿਆ ਔਰ ਉਹ ਝਾੜੂ ਹੁਣ ਜਿਸ ਤਰੀਕੇ ਨਾਲ ਝਾੜੂ ਉੱਠਿਆ ਸੀਗਾ ਉਹ ਝਾੜੂ ਹੁਣ ਨਜ਼ਰ ਨਹੀਂ ਆ ਰਿਹਾ ਇਹ ਤਾਂ ਹੀ ਉਹ ਮੈਂ ਝਾੜੂ ਤੇ ਉਦੋਂ 5-6 ਲਾਈਨਾਂ ਲਿਖਿਆ ਸੀ ਮੈਂ ਵੀ ਬੜਾ ਖੁਸ਼ ਹੋਇਆ ਸੀ ਮੇਰੀ ਵੀ ਆਪਣੀ ਕਲਪਨਾ ਸੀ ਜੀ ਜੀ ਬਹੁਤ ਬਹੁਤ ਧੰਨਵਾਦ ਭੋਗਲ ਜੀ ਤੁਸੀਂ ਆਪਣੀ ਗੱਲ ਰੱਖੀ ਮਿਹਰਬਾਨੀ ਬਹੁਤ ਬਹੁਤ ਮੇਰੇ ਨਾਲ ਹੋਰ ਵੀ ਕਾਲਰਸ ਹਨ ਉਹਨਾਂ ਦੀ ਵੀ ਗੱਲ ਆਪਾਂ ਸਮਝ ਲਈਏ ਔਰ ਵਿਚਾਰ ਉਹਨਾਂ ਦੇ ਵੀ ਸਮਝ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਚੰਦਰ ਬੋਲ ਰਿਹਾ ਗੁਰਫਤੋਂ ਤੁਸੀਂ ਭਾਈ ਲਾਲੋ ਤੇ ਗੁਨਾਹ ਦੇ ਵੀ ਸੋਈ ਸੁਣੀ ਔਰ ਤਾਂ ਮੈਂ ਸੋਈ ਦੱਸਿਆ ਕੀ ਸੀ ਅਸਲੀ ਭਾਈ ਲਾਲੋ ਜੀ ਡੰਡੇ ਤੇ ਰੱਸੀ ਬੰਨ ਕੇ ਦਿਲ ਦਾ ਪਿਆਰ ਨਾਲ ਸੇਕ ਕਰਦੇ ਸੀਗੇ ਤੇ ਉਸ ਹੱਕ ਹਲਾਲ ਦੀ ਕਮਾਈ ਤੇ ਅੱਜ ਕੱਲ੍ਹ ਜਿਹੜੇ ਹੈਗੇ ਅੱਜ ਰਾਮਗੜ੍ਹ ਸੈਨਾ ਨੇ ਇਹ ਕਹਿੰਦੇ ਵੀ ਜੈਕ ਆਫ ਆਲ ਟ੍ਰੇਡਸ ਐਂਡ ਵੀ ਕੈਨ ਡੂ ਐਨੀਥਿੰਗ ਵੀ ਲਾਈਕ ਆਮ ਸੋਰ ਟੂ ਟੈਲ ਦੈਮ ਬਾਬੇ ਨਾਮ ਦੀ ਸੋਸੀ ਇਹ ਨਹੀਂ ਸੀਗੀ ਉਹ ਕਹਿੰਦਾ ਧੋਖਾ ਨਾ ਕਿਸੇ ਜਿਹਦੇ ਤੋਂ ਫਤਵਾ ਲਾਇਆ ਸੀ ਉਹ ਅਲੀ ਸ਼ਾਹ ਦਾਵਤ ਤੇ ਬੁਲਾ ਕੇ ਫਤਵਾ ਲਾਇਆ ਉੱਤੇ ਜੀ ਸੁਰਿੰਦਰ ਸਿੰਘ ਜੀ ਅੱਜ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰ ਰਿਹਾ ਮੈਂ ਚਾਹਾਂਗਾ ਕਿ ਜਿਹੜੀ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਉਸ ਦੇ ਉੱਤੇ ਆਪਾਂ ਕਰੀਏ ਮੇਰੇ ਨਾਲ ਹੋਰ ਵੀ ਕਾਲਰਸ ਹਨ ਉਹਨਾਂ ਦੇ ਵੀ ਵਿਚਾਰ ਆਪਾਂ ਸਮਝ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਆਮ ਆਦਮੀ ਪਾਰਟੀ ਦੇ ਓਬਵੀਅਸਲੀ ਜਦੋਂ ਅਸੀਂ ਦੇਖਿਆ ਕਿ ਪਾਰਟੀ ਫੋਰਮ ਵਿੱਚ ਆਈ ਸੀ ਉਸ ਵੇਲੇ ਗੱਲਾਂ ਬਹੁਤ ਕੁਛ ਹੋਰ ਸੀ ਤਾਂ ਦਿੱਲੀ ਦੇ ਵਿੱਚ ਥੋੜੇ MLAs ਘੱਟ ਸੀ ਉਹਨਾਂ ਨੇ ਜਿਹੜੀ ਕਾਂਗਰਸ ਨੇ ਮਿਲ ਕੇ ਸਰਕਾਰ ਬਣਾਈ ਆ ਫਿਰ ਉਸ ਤੋਂ ਬਾਅਦ ਅਸਤੀਫਾ ਦਿੱਤਾ ਰਿਜ਼ਾਈਨ ਕੀਤਾ ਫਿਰ
ਪਰਚੋਂ 67 ਸੀਟਾਂ ਜਿੱਤੀਆਂ ਜੀ ਜੀ ਲੋਕਾਂ ਨੂੰ ਬਹੁਤ ਇੱਕ ਹੋਇਆ ਸੀ ਕਿ ਇੱਕ ਨਵੀਂ ਚੇਂਜ ਆ ਰਹੀ ਆ ਜੀ ਕਿ ਸਾਡੀ ਕੰਟਰੀ ਦਾ ਕੁਛ ਹੋ ਸਕਦਾ ਆ ਜੀ ਜੀ ਪਰ ਉਸ ਤੋਂ ਬਾਅਦ ਚ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਕਿਉਂਕਿ ਓਬਵੀਅਸਲੀ ਬਾਕੀ ਸਾਰੀ ਕੰਟਰੀ ਨੂੰ ਆਪਾਂ ਛੱਡ ਕੇ ਪੰਜਾਬ ਵਿੱਚ ਲਿਖੀਏ ਪੰਜਾਬ ਵਿੱਚ ਇਹਨਾਂ ਦੀ ਦੂਜੀ ਸਟੇਟ ਇਹਨਾਂ ਦੀ ਪੰਜਾਬ ਆ ਦੇਖੋ ਉੱਥੋਂ ਇਹਨਾਂ ਨੇ 100 ਸੀਟਾਂ ਦਾ ਦਾਅਵਾ ਕਰਦੇ ਕਰਦੇ ਜਦੋਂ ਇਹ ਕੈਂਡੀਡੇਟਸ ਦੀ ਵਾਰੀ ਆਈ ਇਹਨਾਂ ਨੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਦੇ ਕਿੱਦਾਂ ਬੰਦੇ ਧੜਾ ਧੜ ਇਹਨਾਂ ਨੇ ਆਪਣੀ ਪਾਰਟੀ ਵਿੱਚ ਜਿਹੜੇ ਆ ਰਲਾਏ ਸੀ ਉਸ ਵੇਲੇ ਬਿਲਕੁਲ ਬਿਲਕੁਲ I can't believe ki main aaj kise hor TV channel naal phone te gal karda ta main papiyan tuhade naal gal karda ta main dudh dhota ho janda theek hai in eh ek eh tarika kita ki jehda banda dooji party si akaliyan si ja congress si ja bjp si us vele chor si ohne aam aadmi party join kiti ta oh ਬਹੁਤ ਪਾਕ ਪਵਿੱਤਰ ਹੋ ਗਿਆ ਅਸੀਂ ਸਾਰਿਆਂ ਨੇ ਇਹ ਗੱਲਾਂ ਦੇਖੀਆਂ ਜਿਹੜੀ ਬਹੁਤ ਮਾੜੀ ਗੱਲ ਆ ਬਹੁਤ ਸ਼ਰਮ ਵਾਲੀ ਗੱਲ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲਈ ਅੱਛਾ ਹਰਦੀਪ ਸਿੰਘ ਜੀ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਹੁਣ ਇੱਕ ਤਸਵੀਰ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਚਾਬੀ ਜਿਹੜੀ ਹੁਣ ਭਗਵੰਤ ਮਾਨ ਦੇ ਕੋਲ ਹੈ ਤਾਂ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਡਿਸੀਜਨ ਜਾਂ ਫਿਰ ਉਹਨਾਂ ਦੇ ਜਿਹੜੇ ਕਨਵੀਨਰ ਹਨ ਉਹਨਾਂ ਦਾ ਡਿਸੀਜਨ ਡਿਸੀਜਨ ਜਿਹੜਾ ਬਿਲਕੁਲ ਠੀਕ ਹੈ ਭਾਜੀ ਜੇ ਮੈਂ ਓਨੈਸਟਲੀ ਕਹਾਂ ਮੈਂ ਅੱਜ ਦੀ ਤਰੀਕ ਦੇ ਵਿੱਚ ਜੇ ਮੈਂ ਅੱਜ ਦੀ ਸਿਰਫ ਅੱਜ ਦੇ ਦਿਨ ਤੇ ਖੜ ਕੇ ਕਹਾਂ ਅੱਜ ਦੇ ਦਿਨ ਦੇ ਵਿੱਚ ਮੈਂ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਕਰਦਾ ਕਿਉਂਕਿ ਉਹਨੇ ਅੱਜ ਪੰਜਾਬ ਦੀ ਗੱਲ ਕੀਤੀ ਜੇਕਰ ਕੱਲ ਨੂੰ ਉਹ ਆਪਣੇ ਮਤਲਬ ਦੀ ਗੱਲ ਕਰਦਾ ਮੈਂ ਉਹਦੀ ਸਪੋਰਟ ਨਹੀਂ ਕਰਦਾ ਬਿਲਕੁਲ ਬੇਸ਼ੱਕ ਉਹ ਆਮ ਆਦਮੀ ਪਾਰਟੀ ਚ ਰਹਿੰਦਾ ਅਕਾਲੀ ਦਲ ਚ ਜਾਂਦਾ ਕਾਂਗਰਸ ਚ ਜਾਂਦਾ ਕਿਸੇ ਚ ਵੀ ਜਾਂਦਾ ਬਟ ਜਿਹੜੀ ਅੱਜ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਭਗਵੰਤ ਮਾਨ ਨੇ ਜਿਹੜੀ ਗੱਲ ਕੀਤੀ ਆ ਨਾ ਉਹ ਉਹ ਅੱਜ ਦੇ ਟਾਈਮ ਦੇ ਵਿੱਚ ਬੜੀ ਮਾੜੀ ਆ ਜਿੱਦਾਂ ਕਿ ਇੱਕ ਤਾਂ ਉਸ ਵੇਲੇ ਉਸ ਉਹਨੇ ਕਿਹਾ ਸੀ ਭਗਵੰਤ ਮਾਨ ਨੇ ਕਿ ਮੈਂ ਰਿਜ਼ਾਈਨ ਕਰਦਾ ਕੇਜਰੀਵਾਲ ਨੇ ਮਾਫ਼ੀ ਕਿਉਂ ਮੰਗੀ ਆ ਤੁਸੀਂ ਵੀਰ ਜੀ ਮੈਂ ਇਹ ਗੱਲ ਕਹਿੰਦਾ ਅੱਜ ਮੈਂ ਤੁਹਾਡੇ ਟੀਵੀ ਤੇ ਸੰਗ ਪਾੜ ਪਾੜ ਕੇ ਕਹਿੰਦਾ ਅਕਾਲੀ ਚੋਰ ਆ ਕਾਂਗਰਸੀ ਚੋਰ ਆ ਕੱਲ ਨੂੰ ਮੈਂ ਕਹਿੰਦਾ ਨਹੀਂ ਨਹੀਂ ਜੀ ਅਕਾਲੀ ਤਾਂ ਦਰਵੇਸ਼ ਹੋ ਗਏ ਕਾਂਗਰਸੀ ਤਾਂ ਬਹੁਤ ਪਾਕ ਪਵਿੱਤਰ ਹੋ ਗਏ ਇਹ ਬੜੀ ਸ਼ਰਮ ਦੀ ਸਾਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਅਸੀਂ ਕੀ ਬੋਲ ਰਹੇ ਹਾਂ ਕਰੈਕਟ ਜੀ ਜਿਹੜੀ ਇਹ ਇਹ ਗੱਲਾਂ ਜਿਹੜੀਆਂ ਬਹੁਤ ਮਾੜੀਆਂ ਅੱਛਾ ਸੁਖਪਾਲ ਖਹਿਰਾ ਦੀ ਸਿਰਫ ਤੇ ਸਿਰਫ ਮੈਂ ਅੱਜ ਸਪੋਰਟ ਇਸ ਕਰਕੇ ਕਰਦਾ ਕਿ ਉਸ ਬੰਦੇ ਨੇ ਉਹ ਕਾਂਗਰਸ ਦੇ ਵਿੱਚ ਵੀ ਸੀ ਉਹ ਕਾਂਗਰਸ ਦੇ ਖਿਲਾਫ ਵੀ ਬੋਲਿਆ ਤੇ ਤੁਹਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਜਿਹੜੀ ਇਮਾਨਦਾਰੀ ਦੀ ਗੱਲ ਕਰਦੇ ਸੀਗੇ ਤਾਂ ਉਹ ਗੱਲ ਸੁਖਪਾਲ ਖਹਿਰਾ ਵੀ ਕਰ ਰਹੇ ਸੀਗੇ ਲੇਕਿਨ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਰਾਸ ਨਹੀਂ ਆਈ ਇਸ ਕਰਕੇ ਉਹਨਾਂ ਤੋਂ ਚਾਬੀ ਖੋ ਕੇ ਭਗਵੰਤ ਮਾਨ ਨੂੰ ਦਿੱਤੀ ਬਿਲਕੁਲ ਭਗਵੰਤ ਮਾਨ ਦੇ ਕੋਲ ਚਾਬੀ ਦਿੱਤੀ ਨਹੀਂ ਗਈ ਸੀ ਭਗਵੰਤ ਮਾਨ ਨੇ ਚਾਬੀ ਐਕਚੁਅਲੀ ਖੋਈ ਸੀ ਕੋਈ ਤੁਸੀਂ ਇਹ ਦੇਖੋ ਭਗਵੰਤ ਮਾਨ ਨੇ ਆਪਣੇ ਘਰ ਦੇ ਬਾਹਰੋਂ ਪਾਰਟੀ ਦੇ ਪੋਸਟਰ ਪਾੜ ਦਿੱਤੇ ਸੀ ਅਸੀਂ ਵੀਡੀਓ ਦੇਖੀਆਂ ਆ ਸਾਰਿਆਂ ਨੇ ਭਗਵੰਤ ਮਾਨ ਜਿਹੜਾ ਕਿ ਪਾਰਟੀ ਦਾ ਇੱਕ ਆਮ ਆਦਮੀ ਪਾਰਟੀ ਦਾ ਬੜਾ ਧੜੱਲੇਦਾਰ ਲੀਡਰ ਆ ਉਸ ਨੇ ਆਪਣੇ ਪਾਰਟੀ ਦੇ ਘਰ ਆਪਣੇ ਘਰ ਦੇ ਬਾਹਰੋਂ ਪਾਰਟੀ ਦੇ ਪੋਸਟਰ ਪਾੜੇ ਤੁਸੀਂ ਬਲੀਵ ਤੁਸੀਂ ਇਮੇਜਿਨ ਕਰੋ ਸੁਖਵੀਰ ਬਾਦਲ ਆਪਣੇ ਘਰ ਦੇ ਬਾਹਰੋਂ ਅਕਾਲੀ ਦਲ ਦੇ ਪੋਸਟਰ ਪਾੜ ਦੇਵੇ ਜੀ 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 ਕਿੱਦਾਂ ਹੋਵੇਗਾ ਜੀ ਜੀ ਭਗਵੰਤ ਮਾਨ ਨੇ ਇਹ ਕੰਮ ਕੀਤਾ ਸਾਡੇ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਤੁਸੀਂ ਦੋਨੇ ਬੈਠੇ ਤੁਸੀਂ ਮੈਨੂੰ ਦੱਸ ਦਿਓ ਕਿ ਜੇਕਰ ਮੈਂ ਝੂਠ ਬੋਲ ਰਿਹਾ ਆ ਇਹ ਅਸੀਂ ਵੀਡੀਓਜ਼ ਦੇਖੀਆਂ ਆ ਉਹਨੇ ਪਾਰਟੀ ਕੋਲੋਂ ਜਿਹੜੀ ਪਾਵਰ ਦੀ ਚਾਬੀਆਂ ਉਹ ਖੋਈ ਸੀ ਉਹਨਾਂ ਨੂੰ ਬਲੈਕਮੇਲ ਕਰਕੇ ਕਿ ਜੇ ਤੁਸੀਂ ਨਹੀਂ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰੇ ਲਈ ਸਾਰੀਆਂ ਪਾਰਟੀਆਂ ਦੇ ਦਰਵਾਜ਼ੇ ਖੁੱਲ੍ਹੇ ਆ ਭਗਵੰਤ ਮਾਨ ਨੇ ਕਿਹਾ ਜੇ ਤੁਸੀਂ ਮੈਨੂੰ ਪ੍ਰਧਾਨ ਨਹੀਂ ਬਣਾਉਂਦੇ ਤਾਂ ਮੈਂ ਜਾ ਰਿਹਾ ਆ ਜੀ 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 ਇਹ ਜਿਹੜੀਆਂ ਗੱਲਾਂ ਅਸੀਂ ਜਿਵੇਂ ਭਗਵੰਤ ਮਾਨ ਦੀ ਮੈਨੂੰ ਬਿਲਕੁਲ ਹਰਦੀਪ ਜੀ ਮੈਨੂੰ ਇੱਕ ਸਟੇਟਮੈਂਟ ਭਗਵੰਤ ਮਾਨ ਦੀ ਯਾਦ ਆਈ ਹੈ ਨਵੀਨ ਜੀ ਉਹਨੇ ਕਿਹਾ ਸੀ ਅਗਰ ਪੰਜਾਬ ਦੇ ਮਸਲਿਆਂ ਦੇ ਲਈ ਕੋਈ ਵੀ ਮੁੱਦਾ ਸਭ ਤੋਂ ਅਹਿਮ ਹੋਏਗਾ ਮੇਰਾ ਅਸਤੀਫਾ ਸਭ ਤੋਂ ਪਹਿਲਾਂ ਹੋਏਗਾ ਜਿਵੇਂ ਅਰਵਿੰਦ ਕੇਜਰੀਵਾਲ ਦੇ ਟਾਈਮ 'ਚ ਉਹਨਾਂ ਨੇ ਦਿੱਤਾ ਲੇਕਿਨ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਬੇਅਦਬੀ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦੀ ਸਟੇਟਮੈਂਟ ਔਰ ਭਗਵੰਤ ਮਾਨ ਦੀ ਉਹ ਰੈਜ਼ਿਗਨੇਸ਼ਨ ਦੀ ਗੱਲ ਸਮਝ ਨਹੀਂ ਆਈ ਉਹ ਵੀ ਗੱਲ ਕਿੱਥੇ ਨਹੀਂ ਆਈ ਜਿਵੇਂ ਐਚ ਐਸ ਫੁਲਕਾ ਗੱਲ ਕਹਿ ਗਏ ਕਿ ਮੈਂ ਰਿਜ਼ਾਈਨ ਦੇ ਦਾਂਗਾ ਐਚ ਐਸ ਫੁਲਕਾ ਨੇ ਗੱਲ ਕਹਿਤੀ ਕਿ ਮੈਂ ਰਿਜ਼ਾਈਨ ਦੇ ਦਾਂਗਾ ਭਗਵੰਤ ਮਾਨ ਵੀ ਸੀਨੀਅਰ ਲੀਡਰ ਹਨ ਹਿਮਾਇਤੀ ਹਨ ਔਰ ਮੈਂਬਰ ਆਫ ਪਾਰਲੀਮੈਂਟ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ ਤਾਂ ਦੇਣ ਰਿਜ਼ਾਈਨ ਦੇ ਸਕਦੇ ਹਨ ਜੀ ਸਰ ਹਕੀਰ ਜੀ ਤੁਸੀਂ ਐਚ ਐਸ ਫੁਲਕਾ ਜੀ ਦੀ ਗੱਲ ਕੀਤੀ ਆ ਮੈਂ ਉਹਨਾਂ ਦੀ ਗੱਲ ਤੇ ਇੱਕ ਛੋਟਾ ਜਿਹਾ ਕਮੈਂਟ ਕਰੂੰਗਾ ਉਹਨੀ ਜਿੱਦਾਂ ਅਸੀਂ ਉਹਨਾਂ ਦੀ ਲੇਟੈਸਟ ਜਿਹੜੀ ਆ ਉਹ ਇੰਟਰਵਿਊ ਸੁਣੀ ਆ ਅਪਡੇਟ ਕਿ ਉਹਨਾਂ ਨੇ ਕਿਹਾ ਕਿ ਮੈਂ 20 ਤਰੀਕ ਤੱਕ ਵੇਟ ਕਰਾਂਗਾ 20 ਸਤੰਬਰ ਤੱਕ ਉਹ ਉਹ ਵੈਸੇ ਜਾਇਜ਼ ਕਈ ਮੈਂ ਉਹ ਕਮੈਂਟ ਪੜਿਆ ਲੋਕੀ ਕਹਿੰਦੇ ਕਿ ਇਹ ਡਰਾਮਾ ਇਹ ਆ ਉਹ ਆ ਪਰ ਮੈਂ ਇਹ ਸੋਚਦਾ ਕਿਉਂਕਿ ਜਿੱਦਾਂ ਹਾਈ ਕੋਰਟ ਨੇ 19 ਸਤੰਬਰ ਨੂੰ ਵੋਟਾਂ ਆਇਆ ਨਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ
ਮੈਂ ਸੋਚਦਾ ਕਿ ਹਾਈ ਕੋਰਟ ਨੇ ਸ਼ਾਇਦ ਇਹਨਾਂ ਵੋਟਾਂ ਦੇ ਕਰਕੇ ਰੋਕ ਲਾਈ ਆ ਕਿ ਇਲੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਇਸ ਕਰਕੇ ਉਦੋਂ ਤੱਕ ਰੋਕ ਲਾ ਦਿਓ SIT ਤੇ ਉਸ ਤੋਂ ਬਾਅਦ ਜਾਂਚ ਕਰੋ। ਤੇ ਫੂਲਕਾ ਸਾਹਿਬ ਨੇ ਕਿਹਾ ਕਿ ਮੈਂ 20 ਸਤੰਬਰ ਨੂੰ ਅਗਲਾ ਆਪਣਾ ਡਿਸੀਜਨ ਦਊਂਗਾ। ਤੇ ਸਾਡੇ ਲੋਕ ਉਹਦੇ ਚ ਵੀ ਕਹਿਣ ਲੱਗ ਪਏ ਇਹ ਸਭ ਡਰਾਮਾ ਇਹ ਆ ਉਹ ਆ। ਮੈਂ ਕਹਿੰਦਾ ਕਿ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿਸੇ ਤੇ ਵੀ ਗੱਲ ਕਹਿਣ ਲੱਗਿਆ ਨੇ, ਕਿਉਂਕਿ ਅਸੀਂ ਦੇਖੋ ਕਿਸੇ ਜਿੱਦਾਂ ਅਸੀਂ ਸੁਣਿਆ ਸੀ ਕਿ ਅੱਜ ਦਾ ਉਹਨਾਂ ਕੋਲ ਨਾ ਸਨੇਮ ਆਈ ਥਿੰਕ ਬੱਬਰ ਆ ਜਿਹੜੇ ਫੂਲਕਾ ਸਾਹਿਬ ਤੇ ਇਲਜ਼ਾਮ ਲਾਉਂਦੇ ਸੀ ਇਹਨਾਂ ਨੇ 300 ਕਰੋੜ ਦੀ ਪ੍ਰੋਪਰਟੀ ਬਣਾ ਲਈ ਹੈ, ਇਹ ਕਰ ਲਿਆ ਉਹ ਕਰ ਲਿਆ। ਹਰਕੀਰਤ ਜੀ, ਮੈਂ ਇੰਡੀਆ ਤੋਂ ਇੱਕ ਆਮ ਕਿਸਾਨ ਦਾ ਪੁੱਤਰ ਆ, ਮੈਂ ਇੰਗਲੈਂਡ ਚ ਆਇਆ, ਮੈਂ ਕੰਮ ਮਿਹਨਤ ਕਰ ਰਿਹਾ, ਮੈਂ ਤਰੱਕੀ ਕਰ ਰਿਹਾ। ਇੱਕ ਬੰਦਾ ਸੁਪਰੀਮ ਕੋਰਟ ਦਾ ਸੀਨੀਅਰ ਜੱਜ ਆ, ਅਸੀਂ ਉਹਨੂੰ ਸੋਚਦੇ ਕਿ ਇਹ ਕੁਛ ਕਰ ਨਹੀਂ ਸਕਦਾ। ਜੀ 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 ਇਹ ਤੇ ਪ੍ਰੋਫੈਸ਼ਨ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਨੂੰ ਰਿਐਕਸ਼ਨ ਤੇ ਇੱਕਦਮ ਐਕਸ਼ਨ ਦੇਣ ਦੀ ਆਦਤ ਪੈ ਗਈ ਹੈ, ਤੇ ਉਹ ਅਗਰ ਦੇਣਾ ਬੰਦ ਕਰਨ ਤਾਂ ਕਿਤੇ ਨਾ ਕਿਤੇ ਸੁਧਾਰ ਹੋ ਸਕਦਾ। ਥੈਂਕ ਯੂ ਵੈਰੀ ਮੱਚ ਹਰਦੀਪ ਜੀ, ਤੁਹਾਡੇ ਵੈਲਿਊਬਲ ਕਮੈਂਟਸ ਬਹੁਤ ਵਧੀਆ ਲੱਗੇ ਹੋਣਗੇ ਦਰਸ਼ਕਾਂ ਨੂੰ ਜੋ ਤੁਸੀਂ ਗੱਲ ਆਪਣੀ ਰੱਖੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ। ਓਕੇ ਜੀ, ਓਕੇ ਜੀ। ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਲਰਸ ਲਗਾਤਾਰ ਕਾਲ ਕਰ ਰਹੇ ਹਨ, ਲੇਕਿਨ ਮੈਂ ਇੱਥੇ ਕਾਲਰਾਂ ਨੂੰ ਦਰਖਾਸਤ ਕਰੂੰਗਾ ਕਿ ਤੁਸੀਂ ਆਪਣੇ ਫੋਨ ਕਾਲ ਨੂੰ ਨਾ ਕੱਟਿਓ। ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਹੇ ਕਮਰਸ਼ੀਅਲ ਬ੍ਰੇਕ ਦੇ ਲਈ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਤੁਹਾਡੀ ਕਾਲਸ।